ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਵੱਲੋਂ ਜ਼ਿਲ੍ਹਾ ਤਰਨ ਤਾਰਨ ਦੇ ਵੱਖ ਵੱਖ ਪਿੰਡਾਂ ਦੇ ਵਿੱਚ ਇੱਕ ਰੋਸ ਮਾਰਚ ਕੱਢਿਆ ਗਿਆ, ਜਿਸ ਦੇ ਵਿੱਚ ਵੱਖ ਵੱਖ ਪਿੰਡਾਂ ਤੋਂ ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਨੇ ਭਾਗ ਲਿਆ ਅਤੇ ਇਸ ਰੋਸ ਮਾਰਚ ਤੋਂ ਬਾਅਦ ਹਲਕਾ ਵਿਧਾਇਕ ਲਾਲਜੀਤ ਭੁੱਲਰ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ। ਇਸ ਰੋਸ ਮਾਰਚ ਦੇ ਵਿੱਚ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਸੁਲੱਖਣ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਲੋਕਾਂ ਦੇ ਨਾਲ ਬਹੁਤ ਸਾਰੇ ਵਾਅਦੇ ਕੀਤੇ ਗਏ ਸੀ, ਪਰ ਹੁਣ ਉਹਨਾਂ ਦੇ ਵਿੱਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਜਾ ਰਿਹਾ। ਉਹਨਾਂ ਨੇ ਕਿਹਾ ਕਿ ਸਾਡੀਆਂ ਮੰਗਾਂ ਇਹ ਹਨ ਕਿ ਨਵੀਂ ਸਿੱਖਿਆ ਨੀਤੀ ਨੂੰ ਰੱਦ ਕੀਤਾ ਜਾਵੇ, ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਜਾਵੇ, ਸਰਕਾਰੀ ਰੁਜ਼ਗਾਰ ਵਾਲੇ ਕੰਮਾਂ ਦਾ ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ ਅਤੇ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ। ਸੋ ਇਸ ਤਰ੍ਹਾਂ ਦੀਆਂ ਕੁਝ ਮੰਗਾਂ ਨੂੰ ਲੈ ਕੇ ਨੌਜਵਾਨ ਭਗਤ ਸਿੰਘ ਸਭਾ ਦੇ ਵੱਲੋਂ ਜਿਹੜਾ ਇੱਕ ਰੋਸ ਮਾਰਚ ਕੱਢਿਆ ਗਿਆ, ਇਸ ਦੇ ਵਿੱਚ ਹੋਰ ਕੀ ਕੁਝ ਇਹਨਾਂ ਨੌਜਵਾਨਾਂ ਨੇ ਮੰਗਾਂ ਰੱਖੀਆਂ ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ। ਹਾਂਜੀ ਵੀਰ ਜੀ, ਕੀ ਨਾਂ ਜੀ? ਮੈਂ ਲਾਜਰ ਲਾਖਣਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤੋਂ ਤਹਿਸੀਲ ਸਕੱਤਰ। ਅੱਜ ਮੁੱਖ ਮੰਤਰੀ ਦੇ MLA ਦੇ ਰਾਹੀਂ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜਿਆ ਗਿਆ। ਇਹਦੇ ਵਿੱਚ ਨੌਜਵਾਨਾਂ ਦੇ ਭਗਦੇ ਮੁੱਦੇ ਜਿਵੇਂ ਰੋਜ਼ਗਾਰ ਦਾ, ਖੇਡ ਸਟੇਡੀਅਮ ਹੋ ਗਿਆ, ਵੱਖ ਵੱਖ ਮੁੱਦੇ ਜਿਵੇਂ ਇਹਨਾਂ ਲਾਰੇ ਲਾਏ ਸੀ ਵੋਟਾਂ ਤੋਂ ਪਹਿਲਾਂ ਕਿ ਅਸੀਂ ਨੌਜਵਾਨਾਂ ਲਈ ਵੱਡੀਆਂ ਮੰਗਾਂ ਅਤੇ ਰੋਜ਼ਗਾਰ ਲੈ ਕੇ ਆਵਾਂਗੇ, ਉਹ ਸਾਰੇ ਹੀ ਖੋਖਲੇ ਸਾਬਤ ਹੋਏ ਆ। ਪਿਛਲੇ ਸਮੇਂ ਜੋ ਸੈਸ਼ਨ ਚੱਲਿਆ ਸੀ ਉਹਦੇ ਵਿੱਚ ਵੀ ਕੋਈ ਮੁੱਖ ਮੰਤਰੀ ਵੱਲੋਂ ਜਾਂ ਕਿਸੇ ਵੀ ਪ੍ਰਕਾਰ ਦੇ MLA ਵੱਲੋਂ ਕੋਈ ਵੀ ਮੰਗ ਨੌਜਵਾਨਾਂ ਦੀ ਨਹੀਂ ਰੱਖੀ ਗਈ। ਇਸ ਸੰਬੰਧ ਦੇ ਵਿੱਚ ਹਰ ਜ਼ਿਲ੍ਹੇ ਦੇ ਹਰ MLA ਨੂੰ ਮੰਗ ਪੱਤਰ ਦਿੱਤੇ ਜਾ ਰਹੇ ਸਾਡੀ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ, ਅਤੇ ਅੱਜ MLA ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਜਿਹੜਾ ਤੁਹਾਡਾ ਮੰਗ ਪੱਤਰ ਆ ਨੌਜਵਾਨਾਂ ਦੀਆਂ ਮੰਗਾਂ ਇਹ ਤੁਰੰਤ ਪੂਰੀਆਂ ਕਰਾਂਗੇ। ਵੇਖੋ ਇਹ ਕਿੰਨਾ ਸਮਾਂ ਲਾਉਂਦੇ ਆ, ਅਤੇ ਸਾਡਾ ਮੰਗ ਪੱਤਰ ਜਿੱਦਾਂ ਕਿਸਾਨਾਂ ਨੇ, ਮਜ਼ਦੂਰਾਂ ਨੇ ਵੱਖ ਵੱਖ ਮੰਗ ਪੱਤਰ ਦਿੱਤੇ ਸੀ, ਅਤੇ ਉਹਨਾਂ 'ਤੇ ਕੋਈ ਵੀ ਮੁੱਦੇ 'ਤੇ ਇਹਨਾਂ ਗੱਲਬਾਤ ਸੈਸ਼ਨ ਦੇ ਵਿੱਚ ਨਹੀਂ ਕੀਤੀ। ਇਹ ਸਾਡਾ ਪਹਿਲਾ ਸਟੈਪ ਆ ਕਿ ਅਸੀਂ ਨੌਜਵਾਨਾਂ ਨੇ ਮੰਗ ਪੱਤਰ ਦਿੱਤੇ ਆ, ਜੇ ਗਏ ਤਾਂ ਨਾ ਸੰਸਦ ਵਿੱਚ ਇਹਨਾਂ ਮੁੱਦਾ ਚੁੱਕਿਆ ਸਾਡੇ ਮੰਗਾਂ ਦਾ, ਅਤੇ ਆਉਣ ਵਾਲੇ ਸਮੇਂ 'ਚ ਅਸੀਂ ਪੰਜਾਬ ਸਰਕਾਰ ਦਾ ਵੱਡਾ ਵਿਰੋਧ ਕਰਾਂਗੇ। ਹਾਂਜੀ ਪ੍ਰਧਾਨ ਜੀ, ਕੀ ਨਾਂ ਅਤੇ ਕਿਹੜੇ ਜਥੇਬੰਦੀ ਦਾ ਆਗੂ ਜੀ? ਮੇਰਾ ਨਾਂ ਸੁਲੱਖਣ ਸਿੰਘ ਤੋੜ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਹੈ। ਅੱਜ ਤੁਹਾਡੇ ਵੱਲੋਂ ਲਾਲਜੀਤ ਸਿੰਘ ਭੁੱਲਰ ਨੂੰ ਮੰਗ ਪੱਤਰ ਦਿੱਤਾ ਗਿਆ ਵਾ, ਕੀ ਮੁਸ਼ਕਲਾਂ ਕਿਹੜੇ ਸੰਬੰਧ ਦਿੱਤਾ ਗਿਆ? ਅੱਜ ਅਸੀਂ ਮੰਗ ਪੱਤਰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਦਿੱਤਾ ਜੀ, ਜੋ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦਾ ਫੈਸਲਾ ਕਿ ਸਾਰੇ ਹੀ ਪੰਜਾਬ ਦੇ MLA ਨੂੰ ਮੰਗ ਪੱਤਰ ਸੌਂਪੇ ਜਾਣੇ ਆ। ਕੱਲ੍ਹ ਅਸੀਂ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਖੂਹ ਸਾਹਿਬ ਨੂੰ ਮੰਗ ਪੱਤਰ ਸੌਂਪ ਕੇ ਆਏ ਹਾਂ। ਅੱਜ ਦੂਸਰਾ ਮੰਗ ਪੱਤਰ ਅਸੀਂ ਲਾਲਜੀਤ ਭੁੱਲਰ ਨੂੰ ਦੇ ਕੇ ਆਏ ਹਾਂ ਕਿ ਨੌਜਵਾਨਾਂ ਦੀ ਭਾਗੀ ਨਸਲ ਮੰਗਾਂ ਵਾ। ਇਸ ਤਰ੍ਹਾਂ ਸਰਕਾਰ ਨੇ ਇਲੈਕਸ਼ਨਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਜਦੋਂ ਸਰਕਾਰ ਬਣ ਗਈ ਹਰ ਇੱਕ ਨੌਜਵਾਨ ਨੂੰ ਸਰਕਾਰੀ ਨੌਕਰੀ ਦੇਵਾਂਗੇ, ਨੌਜਵਾਨਾਂ ਵਾਸਤੇ ਖੇਡਾਂ ਦੇ ਸਟੇਡੀਅਮ ਸਾਰਾਂਗੇ, ਉਹਨਾਂ ਨੂੰ ਜਿੰਮ ਦਾ ਸਮਾਨ ਦੇਵਾਂਗੇ। ਬਹੁਤ ਸਾਰੇ ਜਿਹੜਾ ਨਿੱਜੀਕਰਨ ਲਗਾਤਾਰ ਧੜਾ ਧੜਾ ਹੁੰਦਾ, ਸਰਕਾਰਾਂ ਪਹਿਲੀਆਂ ਕਰਦੀਆਂ ਰਹੀਆਂ, ਇਹ ਸਰਕਾਰ ਨੇ ਵਾਅਦਾ ਕੀਤਾ ਸੀ ਨਿੱਜੀਕਰਨ ਰੋਕ ਕੇ ਸਰਕਾਰੀ ਅਦਾਰੇ ਜਿਹੜੇ ਆਪਣੇ ਕਬਜ਼ੇ ਦੇ ਵਿੱਚ ਲੈ ਗਏ, ਅਤੇ ਨੌਜਵਾਨਾਂ ਨੂੰ ਸਰਕਾਰੀ ਜਿਹੜੀ ਨੌਕਰੀ ਦੇਵਾਂਗੇ। ਕਿਉਂਕਿ ਜਿੰਨਾ ਚਿਰ ਨਿੱਜੀਕਰਨ ਬੰਦ ਨਹੀਂ ਕੀਤਾ ਜਾਂਦਾ, ਜਿੰਨਾ ਚਿਰ ਸਰਕਾਰੀ ਅਦਾਰੇ ਆਪਣੇ ਕਬਜ਼ੇ ਵਿੱਚ ਨਹੀਂ ਲੈਂਦੀ, ਉਹਨਾਂ ਚਿਰ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਨਹੀਂ ਮੁਹੱਈਆ ਕਰਵਾਈ ਜਾ ਸਕਦੀ। ਅਸੀਂ ਸਰਕਾਰ ਕੋਲ ਮੰਗ ਕਰਦੇ ਹਾਂ ਕਿ ਜਿਹੜਾ ਨਿੱਜੀਕਰਨ ਉਹ ਬੰਦ ਕਰਕੇ ਜਿਹੜੇ ਸਰਕਾਰੀ ਅਦਾਰੇ ਆ ਉਹ ਆਪਣੇ ਕਬਜ਼ੇ ਵਿੱਚ ਲੈ ਕੇ ਪ੍ਰਾਈਵੇਟ ਲੋਕਾਂ ਕੋਲ ਜਿਹੜੇ ਵੱਡੇ ਵੱਡੇ ਅਵਾਨੇ ਅਦਾਨੇ ਜਿਨ੍ਹਾਂ ਦੇ ਹਵਾਲੇ ਸਾਰਾ ਕੁਝ ਕੀਤਾ ਗਿਆ, ਰੇਲ ਉਹਨਾਂ ਨੂੰ ਦੇ ਦਿੱਤੀ ਗਈ ਆ, ਸਾਰਾ ਕੁਝ ਜੋ ਵੀ ਸਰਕਾਰੀ ਅਦਾਰੇ ਆ ਸਾਰਾ ਕੁਝ ਉਹਨਾਂ ਦੇ ਹਵਾਲੇ ਲੰਬੇ ਸਮੇਂ ਤੋਂ ਸਰਕਾਰਾਂ ਨੇ ਕੀਤਾ। ਅਸੀਂ ਇਸ ਸਰਕਾਰ ਤੋਂ ਆਸ ਕਰਦੇ ਹਾਂ ਕਿ ਬੜੀ ਵੱਡੀ ਆਸ ਦੇ ਨਾਲ ਨੌਜਵਾਨਾਂ ਨੇ ਖਾਸ ਕਰਕੇ
ਇਹ ਸਰਕਾਰ ਨੂੰ ਬਹੁਮਤ ਦੇ ਨਾਲ ਜਿਤਾਇਆ। ਅਸੀਂ ਆਸ ਕਰਦੇ ਹਾਂ ਕਿ ਜਿਹੜੇ ਵੀ ਵਾਅਦੇ ਇਸ ਸਰਕਾਰ ਨੇ ਨੌਜਵਾਨਾਂ ਨਾਲ ਕੀਤੇ ਆ ਉਹ ਤੁਰੰਤ ਅਮਲ ਉਹਨਾਂ 'ਤੇ ਕਰਨਗੇ, ਉਹ ਵਾਅਦੇ ਤੁਰੰਤ ਪੂਰੇ ਕਰੂੰਗੇ। ਤੁਸੀਂ ਅੱਜ ਮੰਗ ਪੱਤਰ ਸੌਂਪਿਆ ਵਾ, ਕੀ ਵਿਸ਼ਵਾਸ ਦਿਵਾਇਆ ਗਿਆ ਇਹਨਾਂ ਨੂੰ? MLA ਆਪਣੇ ਮੰਤਰੀ ਸਾਹਿਬ ਵੱਲੋਂ ਸਾਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਇਹ ਮੰਗ ਪੱਤਰ ਜਿਹੜਾ ਵਾ ਸਾਡੀ ਸਰਕਾਰ ਦਾ, ਅੱਗੇ ਹੀ ਇਹਨਾਂ ਮੰਗਾਂ ਵੱਲ ਧਿਆਨ ਆ, ਵਧੀਆ ਮੰਗ ਪੱਤਰ ਆ ਤੁਹਾਡਾ। MLA ਸਾਹਿਬ ਵੱਲੋਂ ਵਧੀਆ ਸਾਨੂੰ ਜਿਹੜਾ ਵਿਸ਼ਵਾਸ ਦਿਵਾਇਆ ਗਿਆ ਕਿ ਮੰਗ ਪੱਤਰ ਤੁਹਾਡਾ ਜਿਹੜਾ ਇਹ ਪੁੱਜਦਾ ਆਪਣੇ ਮੁੱਖ ਮੰਤਰੀ ਸਾਹਿਬ ਤੱਕ ਵੀ ਕਰਾਂਗੇ, ਅਤੇ ਜਿਹੜੇ ਸਾਡੇ ਨਾਲ ਸੰਬੰਧਿਤ ਮਸਲੇ ਆ ਉਹ ਹੀ ਜਲਦੀ ਜਿਹੜੇ ਆ ਹੱਲ ਕਰ ਦਿੱਤੇ ਜਾਣਗੇ। ਲਾਈਵ ਤੇ ਇਸ ਚੈਨਲ ਦੇ ਲਈ ਬਲਜੀਤ।